चारक मियाँ आसफ अली ते तुसी इस टाइम देख रहे हो मेरे पिछे ना इत्थे इदा रश लग्या होया वा जिदा असी निक्के हुंदे ना किते व्याह ते जांदे हुंदे सीगे ते उत्थे ना अगे कोई आ जांदा हुंदा सीगा कपड़ा वेचण वाला ते इत्थे अज उदां ही रश लग्या होया वा ते सारियां बीबियां इत्थे खड़ियां वा ते लैण दईयां वा शवां ते वाह जी ते चुनिया लै रहे हो। चलो जी पहले ना मैं कहना वारी वारी ना सारिया नाल एक पास्यों गल शुरू कर दें। हाँ जी की हाल चाल है तुहाडा? बहुत वधिया जी, वाहिगुरु जी का खालसा वाहिगुरु फतेह। की नाम तुहाडा? मेरा नाम अमरिंदर कौर। अच्छा ते कित्थों आए हो? डिस्ट्रिक्ट गुरदासपुर डेरा बाबा नानक तों आए। डेरा बाबा नानक तों आए? हाँ जी हाँ जी हाँ जी। की लै रहे हो? वाह बस चुनिया। अच्छा इसे सुगात लेके जा रहे हैं कि ये पाकिस्तान की सुगात है, जो भी लेगा खुश होएगा प्रसाद समझेगा। ठीक है बहुत खुश हुए असं इतने आके अपने भैन भरावान मिल के बड़ी खुशी हुई है, बहुत चंगा लगा। ਤੁਹਾਡਾ ਕੀ ਨਾਮ? ਜਗਮੇਲ ਕੌਰ। ਤੁਸੀਂ ਕਿੱਥੋਂ ਆਏ ਹੋ? ਅਸੀਂ ਮਲੇਰਕੋਟਲਾ ਸ਼ਹਿਰ ਤੋਂ। ਮਲੇਰਕੋਟਲਾ ਸ਼ਹਿਰ ਤੋਂ? ਹਾਂ ਜੀ। ਸ਼ਹਿਰ ਆ ਉਹਦੇ ਜਿੱਥੇ ਮੁਸਲਮਾਨ ਭਰਾਵਾਂ ਦਾ ਗੜ੍ਹ ਹੈ ਮਲੇਰਕੋਟਲਾ। ਹਾਂ ਅਸੀਂ ਬਹੁਤ ਰਿਸਪੈਕਟ ਕਰਦੇ ਹਾਂ ਸਾਰੇ ਭਰਾਵਾਂ ਦੀ ਤੇ ਇੱਥੇ ਵੀ ਦੇਖ ਕੇ ਬਹੁਤ ਖੁਸ਼ ਹਾਂ, ਪੂਰੇ ਖੁਸ਼ ਹਾਂ। ਇੱਥੇ ਲੈ ਕੀ ਰਹੇ ਹੋ? ਹੁਣ ਦੁਪੱਟੇ ਲੈ ਰਹੇ ਹਾਂ ਸਿਰ ਤੇ ਲੈਣ ਵਾਸਤੇ, ਬੀਬੀਆਂ ਨੂੰ ਗਿਫਟ ਦੇਣ ਵਾਸਤੇ ਚੁੰਨੀਆਂ ਲੈ ਰਹੇ ਹਾਂ। जन्म स्थान ते और सारी यात्रा वधिया हो गई है, कोई मतलब ये नहीं है नहीं दर्शन हुए। महाराज ने कृपा करती है, ये सारी संगत आशीर्वाद देता बाबे नानक ने, बहुत बहुत धन्यवाद। हाँ जी ते अच्छा ਤੁਸੀਂ ਦੱਸੋ ਜੀ ਤੁਸੀਂ ਇੱਥੇ ਕੀ ਲੈ ਰਹੇ? ਇੱਕ ਤਾਂ ਸਭ ਲਾਇਆ ਜੀ, ਅਸੀਂ ਦੁਪੱਟੇ ਲੈਣ ਆਏ ਸੀ। ਹਾਂਜੀ ਲੈ ਲੈ। ਹਾਂਜੀ ਅਸੀਂ ਲੈ ਗਏ ਪਹਿਲਾਂ ਹੀ। ਕਿੰਨੇ ਲੈ? ਅਸੀਂ 6 ਦੁਪੱਟੇ ਲੈ ਰਹੇ। 6 ਦੁਪੱਟੇ? ਇੰਨੇ ਕੀ ਕਰਨੇ ਸੀ? ਸਾਡੀ ਫੈਮਿਲੀ ਵੱਡੀ ਆ। ਅੱਛਾ ਫੈਮਿਲੀ ਵੱਡੀ ਆ, ਚਲੋ। ਹਾਂਜੀ ਹਾਂ ਤੇ ਕਿਹਦੇ ਕਿਹਦੇ ਲਈ ਲਿਆ? ਇੱਕ ਬੜੀ ਸੱਸ ਮਾਂ ਲਈ ਆ, ਇਹ ਨੰਦੇ ਇਕਲੇ ਵੀ ਲਈ ਆ, ਇਹ ਜਠਾਣੀ ਵਾਸਤੇ ਲਿਆ ਵਾ, ਇੱਕ ਇਸ ਤਰ੍ਹਾਂ ਰਾਮ ਨੇ ਕੱਲ ਲਿਆ ਨਾ ਕੋਈ। ਤੇ ਤੁਹਾਡੀ ਲਿਆ ਦਮੋ ਤੇ? ਹਾਂ ਸੱਸ ਤੁਹਾਡੀ ਹੈਗੀ? ਹਾਂ ਮੇਰੀ ਸੱਸ ਹੈਗੀ। ਕਿੰਨੀ ਉਮਰ ਉਹਨਾਂ ਦੀ? ਉਹਨਾਂ ਦੀ ਹੋ ਗਈ 85 ਸਾਲ। 85 ਸਾਲ? ਉਹ ਸ਼ੁਰੂ ਤੋਂ ਉੱਥੇ ਦੇ ਇਧਰੋਂ ਗਏ ਸੀ? ਨਹੀਂ ਸ਼ੁਰੂ ਤੋਂ ਉਧਰ ਰਹੇ ਨੇ। ਸ਼ੁਰੂ ਤੋਂ ਉੱਥੋਂ ਦੇ? ਉੱਥੇ ਨੇ ਉੱਥੇ ਮਸਾਗ। ਹਾਂ 85 ਸਾਲ ਤੇ ਬੜੀ ਵਡੇਰੀ ਉਮਰ ਹੋ ਗਈ। ਬਹੁਤ ਵਧੀਆ, ਉਹਦਾ ਨਜ਼ਰ ਪੂਰੀ, ਖਾਣਾ ਪੀਣਾ ਵਧੀਆ, ਕੋਈ ਦੰਦ ਨਹੀਂ ਲਾਇਆ, ਨਜ਼ਰ ਵੀ ਪੂਰੀ ਤੇ ਕੰਨਾਂ 'ਚ ਪੂਰੀ ਸੁਣਦੇ ਆ। ਦੇਖੋ ਜੀ ਇਹ ਬੜਾ ਚੰਗਾ ਕੀਤਾ ਤੁਸੀਂ ਕਿ ਆਪਣੀ ਸੱਸ ਲਈ ਲਿਆ, ਤੁਸੀਂ ਆਪਣੀ ਸੱਸ ਲਈ ਲੈ ਕੇ ਚੱਲੇ ਤਾਂ ਗਾਂ ਤੁਹਾਡੀਆਂ ਨੋਵਾਂ ਵੀ ਲੈ ਕੇ ਆਏ। ਸੱਸ ਮਾਂ ਪਹਿਲਾਂ ਤਾਂ ਹੋਰ ਗੱਲਾਂ ਬਾਅਦ 'ਚ। ਹਾਂ ਕੋਈ ਸਮਾਂ ਹੈਗਾ ਸੀ ਤੁਹਾਨੂੰ ਦੱਸਦੇ ਗੱਲ, ਵੀ ਇੱਕ ਸਮੇਂ ਦੀ ਗੱਲ ਹੈ ਵੀ ਉਦੋਂ ਮੇਰੀ ਨੋਵਾਂ ਨਹੀਂ ਸੀ ਹੈਗੀਆਂ ਅਤੇ ਮੈਂ ਸੱਸ ਆਪਣੀ ਰੋਟੀ ਪਰੀ ਕੇ ਦਿੰਦੀ ਹੁੰਦੀ ਸਾਂ, ਚੰਗਾ ਘਿਓ ਕਾ ਵਿੱਚ ਪਾ ਕੇ, ਤਾਂ ਉਹਨੇ ਅਸ਼ੀਰਵਾਦ ਦੇਣੀ ਮਹਾਰਾਜ ਤੇ ਨੋਂ ਆਵੇ ਤਾਂ ਇਹਦੋਂ ਵੱਧ ਘਿਓ ਕਾ ਪਾ ਕੇ ਤੁਹਾਨੂੰ ਰੋਟੀ ਪਰੀ ਕੇ ਮਿਲੇ। ਉਹ ਟਾਈਮ ਆ ਗਿਆ ਮੇਰੇ ਤੇ, ਉਸ ਤਰ੍ਹਾਂ ਮੈਨੂੰ ਰੋਟੀ ਮਿਲਦੀ ਆ। ਹਾਂ ਇਹ ਕਿਆ ਕਮਾਲ ਗੱਲ ਇਹਨਾਂ ਨੇ ਕੀਤੀ ਔਰ ਇਹ ਗੱਲ ਐਸੀ ਆ ਕਿ ਫੈਸਲ ਇਹ ਮੈਂ ਕਹਿੰਦਾ ਕੱਟ ਕੇ ਨਾ ਪਹਿਲੇ ਲਾਉਣੀ, ਇਹ ਗੱਲ ਦੁਬਾਰਾ ਕਰੋ, ਦੁਬਾਰਾ ਦੱਸੋ, ਬੜੀ ਵੱਡੀ ਗੱਲ ਹੈ, ਨਸੀਹਤ ਆਇੰਦਾ ਆਵਾਮ ਲਈ ਸਾਡੀ। ਮੈਂ ਆਪਣੀ ਮਾਤਾ ਜੀ ਨੂੰ ਸੱਸ ਮਾਂ ਨੂੰ ਨਾ ਰੋਟੀ ਦਿੰਦੀ ਹੁੰਦੀ ਸਾਂ, ਬੜੀ ਬਰੀਕ ਰੋਟੀ ਦੇਣੀ, ਦੀਦੇ ਪ੍ਰੈਸ ਕਰਕੇ ਦੇਣੇ ਆ, ਘਿਓ ਕਾ ਦੱਬ ਕੇ ਪਾ ਜਾਣਾ, ਅਤੇ ਮੇਰੀ ਸੱਸ ਮਾਂ ਨੇ ਆਖਣਾ ਵੀ ਮੈਂ ਰੋਟੀ ਜਿਸ ਤਰ੍ਹਾਂ ਮੈਨੂੰ ਮਿਲਦੀ ਨਾ ਮਹਾਰਾਜ ਤੈਨੂੰ ਇਦੋਂ ਵੱਧ ਮਿਲੇ, ਅਤੇ ਉਹ ਹੁਣ ਉਹ ਟਾਈਮ ਮੇਰੇ 'ਤੇ ਆ ਗਿਆ, ਮੇਰੀ ਨੂੰਹਾਂ ਮੇਰੇ ਨਾਲ ਉਦੋਂ ਵੱਧ ਕਰਦੀਆਂ ਨੇ, ਬਹੁਤ ਪਿਆਰ ਕਰਦੀਆਂ, ਰੋਟੀ ਬਰੀਕ ਦਿੰਦੀਆਂ, ਕੱਪੜੇ ਧੋ ਕੇ ਦਿੰਦੀਆਂ, ਪ੍ਰੈਸ ਕਰਕੇ ਦਿੰਦੀਆਂ ਨੇ। ਹਾਂ ਪਰ ਮੈਂ ਕੀਤਾ ਸੀ ਅਤੇ ਮੈਨੂੰ ਮਿਲ ਗਿਆ ਫਲ। ਬਿਲਕੁਲ ਤੁਸੀਂ ਕੀਤਾ ਸੀ ਤੇ ਤੁਹਾਨੂੰ ਮਿਲਿਆ। ਹਾਂ ਮਿਲ ਗਿਆ, ਚੰਗਾ। ਅੱਛਾ ਅੱਛਾ ਹਾਂ ਇਹ ਗੱਲ। ਤੇ ਦੇਖੋ ਜੀ ਅੱਛਾ ਤੁਸੀਂ ਇੱਕ ਦੂਜੇ ਦਾ ਹੱਥ, ਇੰਨੀ ਦੇਰ ਤੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਹੱਥ ਨਹੀਂ ਛੱਡਿਆ ਤੁਸੀਂ ਇੱਕ ਦੂਜੇ ਦਾ? ਪਿਆਰ ਸਦਕਾ, ਪਿਆਰ ਸਦਕਾ ਪਿਆਰ ਬਣਿਆ, ਸੰਗਤ ਨਾਲ ਪਿਆਰ ਜਿਹੜਾ ਬਹੁਤ ਵਧੀਆ ਪਿਆਰ ਹੈ, ਜੇ ਸਾਨੂੰ ਆਕਾਸ਼ ਤੁਹਾਡੀ ਲੋੜ ਪਏ ਪਿਆਰ ਕਰਨ ਦੀ, ਤੁਹਾਡਾ ਵੀ ਹੱਥ ਫੜਾਂਗੇ। ਇਸ ਦੇਸ਼ 'ਚ ਆਏ ਹਾਂ, ਬੜੀ ਖੁਸ਼ੀ ਹੋਈ ਸਾਨੂੰ, ਪੜ੍ਹਦੇ ਵੀ ਸਹੀ ਪੜ੍ਹਦੇ ਰਹੋਗੇ। ਹਾਂ ਬਹੁਤ ਪਿਆਰ ਮਿਲਿਆ, ਬਾਕੀ ਮੇਰੀ ਫੈਮਿਲੀ ਇੱਥੋਂ ਦੀ ਰਹਿਣ ਵਾਲੀ ਆ। ਹਾਂਜੀ ਲਾਇਲਪੁਰ ਜ਼ਿਲ੍ਹਾ। ਇੱਥੋਂ ਗਏ ਸੀ ਤੁਸੀਂ? ਲਾਇਲਪੁਰ ਦੇ ਪਿੱਛੋਂ ਅਸੀਂ ਰਹਿਣ ਵਾਲੇ ਹਾਂ, ਮੇਰੇ ਦਾਦਾ ਜੀ ਇੱਥੋਂ ਦੇ, 73 ਚੱਕ ਗੱਡੀਆਂ ਪਿੰਡ ਆ ਸਾਡਾ। ਹਾਂਜੀ ਅਤੇ ਨਾਨਕੇ ਮੇਰੇ ਨਨਕਾਣਾ ਸਾਹਿਬ ਦੇ ਕੋਲ, 5 ਚੱਕ ਚੂੜਕਾਣਾ, ਉੱਥੋਂ ਦੇ ਸਰਦਾਰ ਗੁਲਜ਼ਾਰ ਸਿੰਘ ਹੁੰਦੇ ਸੀ। ਇੱਥੋਂ ਗਏ ਸੀ ਉਹ? ਹਾਂਜੀ 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 47 ਵੇਲੇ। ਹਾਂਜੀ 47 ਵੇਲੇ। ਕਿੱਦਾਂ ਗਏ ਸੀ ਇਹ ਤਾਂ ਦੱਸੋ? ਇਹ ਪੁੱਛੋ ਕੁਛ ਨਾ, ਵੀ ਜਿਵੇਂ ਕਹਿੰਦੇ ਹੁੰਦੇ ਸੀ ਸਾਡੇ ਮੰਮੀ ਕਿ ਹਾੜ੍ਹ ਦੀ ਸੰਗਰਾਂਦ ਵਾਲੇ ਦਿਨ ਤੋਂ ਅਸੀਂ ਘਰੋਂ ਨਿਕਲੇ ਸੀ, ਮੱਘਰ ਦੀ ਸੰਗਰਾਂਦ ਵਾਲੇ ਦਿਨ ਖੇਮ ਕਰਨ ਬਾਰਡਰ। ਅੱਛਾ ਆਹ ਦੇਖੋ ਜੀ ਆਹ ਰਸ਼ ਲੱਗਿਆ ਹੋਇਆ ਵਾ, ਇਹ ਉਦਾਂ ਹੀ ਅੱਛਾ ਇਹ ਸਾਰੀਆਂ ਪਲੇਸ ਬਣਿਆ ਹੋਇਆ। ਅੱਛਾ
नहीं बस वाहे खालसा वाहे फतेह। मतलब कि इतने आ सू बहुत चंगा लगा, प्यार बड़ा मिलया, इतों के लोगों ने साढ़े ना बहुत आई एम प्राउड ऑफ इंडियन पाकिस्तानी। थैंक यू। सिलसिला जारी है इन्हां कोलों पुछदे हां जी तुसी किन्नियां चुनियां लईयां जी? तीन लईयां। हां जी वधिया। ते तुसी की लिया जी? एक सूट लिता जी। एक सूट लिया तुसी? हां बहुत अच्छा। इधर दी निशानी ये ली है भाई, वधिया लगदे ने इधर दे निशानियां करके ले लिते ने सूट। अच्छा सोणे लगदे पए नी। तुसी केड़े इलाके तो आए हो? असी इंडिया तो, दिल्ली तो। अच्छा दिल्ली तो। दिल्ली तो। ਤੁਸੀਂ ਇਧਰੋਂ ਗਏ ਹੋ ਜਾਂ ਉੱਥੇ ਦੇ ਸ਼ੁਰੂ ਤੋਂ? ਨਹੀਂ ਉੱਥੇ ਹੀ ਦੇ ਸ਼ੁਰੂ। ਜੀ ਬਹਰਾਲ ਜੀ ਇਹ ਬੜਾ ਚੰਗਾ ਲੱਗਿਆ ਤੇ ਇਹ ਪ੍ਰੋਗਰਾਮ ਤੁਸੀਂ ਇਹ ਦੇਖਿਆ ਕਿ ਲੋਕ ਇੱਥੇ ਜਿਹੜੇ ਬਕਾਇਦਾ ਸ਼ੋਪਿੰਗ ਕਰਕੇ ਲਿਜਾ ਰਹੇ ਆ, ਚੁੰਨੀਆਂ ਜਿਹੜੀਆਂ ਵਾ ਖਾਸ ਕਰ ਖਵਾਤੀਨ ਜਿਹੜੀਆਂ ਬੀਬੀਆਂ ਲੈ ਕੇ ਜਾਂਦੀਆਂ ਲਾਜ਼ਮੀ, ਅਤੇ ਇਹ ਚੁੰਨੀਆਂ ਜਾ ਕੇ ਉੱਥੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਜਾਣਨ ਵਾਲਿਆਂ ਨੂੰ ਸਾਰਿਆਂ ਨੂੰ ਵੰਡਣਗੇ।